बीती रात बटाला दे नजदीक एक सड़क हादसे दे विच 33 साला एक नौजवान दी मौत हो गई। मृतक पंज भैणां दा इकलौता भरा सी ते हस्पताल दे विच दाखल अपनी बीमार मां नूं मिल के वापस घर परत रिहा सी कि उल्ट साइड तो आ रही तेज रफ्तार इनोवा गड्डी ने उस नूं टक्कर मारी ते मौके ते ही नौजवान दी मौत हो गई। इस घटना बारे जानकारी दिंदिआं मृतक दे जीजे ने दस्सिआ कि वह अपनी मां दा पता लैण दे लई होशियारपुर हस्पताल विच आया सी। उन्होंने दस्सिआ कि मृतक बटाला बस स्टैंड दे नजदीक वेरका दुध दा कारोबार करदा सी ते पंज भैणां दा छोटा भरा सी जो कि हाले तक कुआरा सी। नौजवान दी मौत तो बाद परिवार दे विच गम दा माहौल है ते परिवार मंग कर रहा है कि हादसे दे जिम्मेवार नूं फड़ के कानूनी कार्रवाई कीती जावे। दुर्घटना इस तरह हुई है जी कि मैं अपने फादर इन लॉ जिहड़े बटाला दे रहण वाले आ उन्होंने नाल बटाले नूं आ रहा सीगा ते साडे अगे अगे टू व्हीलर उत्ते ही मेरा ब्रदर इन लॉ जोगेश जैन वह बटाले नूं आ रहा सीगा ते जदों असीं हरपुर पिंड दे कोल पहुंचे आ उह ते एक इनोवा गड्डी जिहड़ी आ उह बटाले वाली साइड तो आ रही सी उन्हें रोंग साइड ते आ के बहुत रैश तेज स्पीड दे विच हिट कीता आ। हिट करके जदों असीं थोड़ा जिहा पिछे सीगे उस वेले जदों असीं हिट हुंदे सी अपनी अखी देखिआ वा ते हिट करन तों बाद उन्हें इहदे उपरों दी गड्डी लंघाउण दी कोशिश कीती आ तां कि मैं इत्थों नठ जावां पर उह इन बिटवीन 30-35 फुट तक इहनूं घसीटदा लै गया ते उस तों बाद उहदी गड्डी बेकंट्रोल काबू हो के नीचे पैली दे विच गिर गई आ। ਜਦੋਂ ਉਹਨੇ ਜਦੋਂ ਅਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਗੱਡੀ ਉੱਥੋਂ ਨੱਠ ਛੱਡ ਕੇ ਨੱਠ ਗਿਆ। ਅਸੀਂ ਉਹਨੂੰ ਨਹੀਂ ਫੜ ਸਕੇ ਪਰ ਗੱਡੀ ਉੱਥੇ ਮੌਕੇ ਦੇ ਉੱਤੇ ਕਾਬੂ ਆ ਗਈ ਸੀਗੀ। DV09AD999 ਤੇ ਸਰ ਕਾਰੋਬਾਰ ਕਰਦੇ ਯੋਗੇਸ਼ ਵੇਰਕਾ ਦੀ ਉਹਦੇ ਕੋਲ ਕੰਟੀਨ ਹੈਗੀ ਆ ਤੇ ਉਹ ਆਪਣੇ ਬਟਾਲੇ ਦੇ ਵਿੱਚ ਤੇ ਉਹ ਹੁਸ਼ਿਆਰਪੁਰ ਆਪਣੇ ਮਦਰ ਨੂੰ ਜਿਹੜੇ ਸ਼ਿਵਮ ਹਸਪੀਟਲ ਦੇ ਵਿੱਚ ਪਿਛਲੇ 45 ਦਿਨ ਤੋਂ ICU ਵਿੱਚ ਐਡਮਿਟ ਹੈਗੇ ਆ ਉਹਨਾਂ ਦਾ ਹਾਲ ਚਾਲ ਦੇਖਣ ਆਇਆ ਸੀਗਾ। ਕਿੰਨੇ ਭੈਣ ਭਰਾ? ਇਹ ਪੰਜ ਭੈਣਾਂ ਤੇ ਇੱਕ ਬ੍ਰਦਰ, ਇਕੱਲਾ ਇਕੱਲਾ ਇਹੀ ਯੋਗੇਸ਼ ਇੱਕ ਬ੍ਰਦਰ ਸੀਗਾ ਪੰਜਾਂ ਭੈਣਾਂ ਦਾ। ਨਹੀਂ ਇਹ ਕੁਆਰਾ ਸੀਗਾ ਤੇ ਪੁਲਿਸ ਨੂੰ ਅਸੀਂ ਮੌਕੇ ਦੇ ਉੱਤੇ ਸੂਚਿਤ ਕਰ ਦਿੱਤਾ ਸੀਗਾ ਤੇ ਉੱਥੇ FIR ਵਗੈਰਾ ਅਸੀਂ ਲਿਖਾ ਦਿੱਤੀ, ਪੂਰੀ ਜਾਣਕਾਰੀ ਦੇ ਦਿੱਤੀ ਸੀ ਪਰ ਜੋ ਇਨੋਵਾ ਦਾ ਡਰਾਈਵਰ ਸੀਗਾ ਉਹ ਹਜੇ ਤੱਕ ਫੜਿਆ ਨਹੀਂ ਜਾ ਸਕਿਆ। ਕੀ ਮੰਗ ਕਰਦੇ? ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਡੇ ਨਾਲ ਧੱਕਾ ਜੋ ਹੋਇਆ ਵਾ ਜੋ ਇਹਦੇ ਲਈ ਜ਼ਿੰਮੇਵਾਰ ਹੈਗਾ ਆ ਉਹਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਉਹਦੇ ਅਗੇਂਸਟ ਉਹਨੂੰ ਇਦਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜੇ ਰੈਸ਼ ਡਰਾਈਵਿੰਗ ਕਰਦੇ ਆ, ਜਿਹੜੇ ਕਿਸੇ ਦੀ ਜਾਨ ਨੂੰ ਜਾਨ ਨਹੀਂ ਸਮਝਦੇ, ਜਿਨ੍ਹਾਂ ਦੇ ਪਰਿਵਾਰ ਉਜਾੜਨ ਦੇ ਵਿੱਚ ਹੱਥ ਹੈਗਾ ਉਹਨਾਂ ਨੂੰ ਅੱਗੇ ਤੋਂ ਨਸੀਹਤ ਮਿਲੇ। ਇਸ ਸੰਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਨੋਵਾ ਗੱਡੀ ਦਾ ਡਰਾਈਵਰ ਫਰਾਰ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਨੋਵਾ ਗੱਡੀ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਰਾਤ ਨੂੰ ਕੋਈ 8:30 ਵਜੇ ਨਾ ਲਿਆ ਸੀ ਗਸ਼ਤ ਕਰਨ ਅਤੇ ਜਦੋਂ ਆਏ ਹਰਪੁਰ ਲਾਗੇ ਤਾਂ ਉੱਥੇ ਐਕਸੀਡੈਂਟ ਹੋਇਆ ਸੀ। ਠੀਕ ਹੈ ਅਤੇ ਮੁੰਡਾ ਆਉਣ ਡਿਆ ਸੀ, ਯੋਗੇਸ਼ ਆ ਮੁੰਡਾ ਬਟਾਲੇ ਤੋਂ ਅਤੇ ਆਉਣ ਡਿਆ ਸੀ ਹੁਸ਼ਿਆਰਪੁਰ ਤੋਂ ਅਤੇ ਹਰਪੁਰ ਦੇ ਲਾਗੇ ਜਦੋਂ ਆਇਆ ਤਾਂ ਇੱਧਰੋਂ ਨਾ ਇਨੋਵਾ ਗੱਡੀ ਗਈ ਹੈ ਬਟਾਲੇ ਵਾਲੀ ਸਾਈਡ ਤੋਂ, ਉਹਨੇ ਰੋਂਗ ਸਾਈਡ ਜਾ ਕੇ ਇਹਦੇ ਵਿੱਚ ਮਾਰ ਦਿੱਤੀ ਹੈ ਅਤੇ ਮੁੰਡੇ ਯੋਗੇਸ਼ ਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਇਹੀ ਉਹਦੇ ਆਧਾਰ 'ਤੇ ਫਿਰ ਇਹਦੇ ਡੈਡੀ ਦੇ ਬਿਆਨਾਂ ਦੇ ਉੱਤੇ FIR ਦਰਜ ਕੀਤੀ ਹੈ, ਧਾਰਾ 304A, 279, 427 IPC ਥਾਣਾ ਘੁੰਮਣ ਦਰਜ ਕੀਤੀ ਹੈ। ਉਹਦੀ ਕਾਰਵਾਈ ਜਿਹੜੀ ਹੈ ਅੱਗੇ ਤਫਤੀਸ਼ ਜਾਰੀ ਹੈ। ਜਿਹੜਾ ਡਰਾਈਵਰ ਕੌਣ ਸੀ, ਕਿੰਨੇ ਜਣੇ ਵਿੱਚ ਬੈਠੇ? ਡਰਾਈਵਰ ਹੈ ਜੀ, ਉਹਦਾ ਫਰਾਰ ਆ ਅਤੇ ਜਿਹੜੀ ਗੱਡੀ ਹੈ ਇਹ ਕਬਜ਼ੇ 'ਚ ਲਈ ਹੈ, ਉਹ ਅਸੀਂ ਟਰੇਸ ਕਰਾਂਗੇ ਅਤੇ ਡਰਾਈਵਰ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਾਂਗੇ, ਬਾਕੀ ਪੋਸਟਮਾਰਟਮ ਹੁਣ ਇਹਦੇ ਕਰਾ ਰਹੇ ਹਾਂ। ਤੇਜ ਰਫਤਾਰ ਅਤੇ ਲਾਪਰਵਾਹੀ ਨੇ ਪੰਜ ਭੈਣਾਂ ਤੋਂ ਉਹਨਾਂ ਦਾ ਭਰਾ ਹਮੇਸ਼ਾ ਦੇ ਲਈ ਖੋ ਲਿਆ। ਜਿਸ ਘਰ ਦੇ ਵਿੱਚ ਭੈਣਾਂ ਨੇ ਵੀਰ ਦੀ ਘੋੜੀ ਗਾਉਣੀ ਸੀ, ਹੁਣ ਉੱਥੇ ਕੀਰਨੇ ਪੈ ਰਹੇ ਨੇ ਤੇ ਹੁਣ ਇਹ ਭੈਣਾਂ ਹਮੇਸ਼ਾ ਆਪਦੇ ਵੀਰ ਦੀ ਕਲਾਈ ਨੂੰ ਤਰਸਣਗੀਆਂ। ਬਟਾਲਾ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਵਰਲਡ ਪੰਜਾਬੀ TV।